ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਅੱਜ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਸ਼ੁਭ ਅਵਸਰ ਵੱਲ ਕੁਛ ਮੁਬਾਰਕਬਾਦ। ਮੈਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਗੁਰਦੇਵ ਸਿੰਘ ਜੀ ਦੇਵਮਾਨ MLA ਨਾਭਾ ਜੋ ਉਹਨਾਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਸਰਦਾਰ ਗੁਰਦੇਵ ਸਿੰਘ ਜੀ ਦੇਵਮਾਨ ਦੇ ਹੁਕਮਾਂ ਮੁਤਾਬਕ ਅਸੀਂ ਵੀ ਪਿੰਡਾਂ ਦੇ ਵਿੱਚ ਜਿੰਨਾ ਕਿ ਸਾਨੂੰ ਹੁਕਮ ਹੁੰਦਾ ਅਸੀਂ ਕੰਮ ਕਰ ਰਹੇ ਹਾਂ। ਇਸ ਕਰਕੇ ਮੈਂ ਦੀਵਾਲੀ 'ਤੇ ਬੰਦੀ ਛੋੜ ਦਿਵਸ ਦੀਆਂ, ਵਿਸ਼ਵਕਰਮਾ ਦਿਵਸ ਦੀਆਂ ਦੇਸ਼ ਵਾਸੀਆਂ ਅਤੇ ਸਾਡੇ ਦੋਸਤ ਮਿੱਤਰਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ। ਅਤੇ ਇਹ ਜਿਹੜੇ ਤਿਉਹਾਰ ਨੇ ਹਰ ਇੱਕ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਪੈਗਾਮ ਲੈ ਕੇ ਆਵੇ ਮੇਰੀ ਤਰਫ 'ਤੇ ਅਤੇ ਸਾਡੀ ਆਮ ਆਦਮੀ ਪਾਰਟੀ ਪੰਜਾਬ ਮਾਲਕ ਜਿੱਥੇ ਵੀ ਹੈਗੀ ਸਾਰਿਆਂ ਦੀ ਤਰਫ ਤੋਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ। ਜਿਵੇਂ ਦੇਖਿਆ ਜਾਂਦਾ ਤੁਸੀਂ ਦੇਵਮਾਨ ਜੀ MLA ਸਾਹਿਬ ਦੇ ਸਾਰੇ ਨਾਭੇ ਹਲਕੇ ਤੋਂ ਖਾਸ ਮੰਨੇ ਜਾਂਦੇ ਹੋ, ਤੁਹਾਨੂੰ ਕਿਵੇਂ ਲੱਗਦਾ ਵੀ ਤੁਹਾਡੇ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਜੀ? ਸਰਦਾਰ ਗੁਰਦੇਵ ਸਿੰਘ ਦੇਵਮਾਨ ਜਦ ਤੋਂ ਵੀ ਮੇਰੇ ਨਾਲ ਅਸੀਂ ਉਹਨਾਂ ਨੂੰ ਟਿਕਟ ਮਿਲੀ ਆ ਅਤੇ ਸਾਡੇ ਹਲਕੇ ਦੇ ਵਿੱਚ ਆਏ ਨੇ, ਉੱਦਣ ਤੋਂ ਹੀ ਮੈਨੂੰ ਤਕਰੀਬਨ ਸਾਰੀ ਸਾਡੇ ਵਰਕਰ ਇਹ ਵੀ ਕਹਿੰਦੇ ਨੇ ਵੀ ਜਿੰਨਾ ਤੁਹਾਨੂੰ ਗੁਰਦੇਵ ਦੇਵਮਾਨ ਜੀ ਪਿਆਰ ਕਰਦੇ ਨੇ ਉਹ ਨਹੀਂ ਕਰਦੇ। ਮੈਨੂੰ ਆਸ ਹੈ, ਮੇਰੇ ਅੰਦਰ ਵੀ ਆਸ ਹੈ, ਸਾਡੇ ਪਰਿਵਾਰ ਨੂੰ ਵੀ ਆਸ ਹੈ ਵੀ ਸਾਡੇ ਇੱਕ ਪਰਿਵਾਰ ਦੀ ਤਰ੍ਹਾਂ ਹੀ ਸਾਡੇ ਨਾਲ ਪਿਆਰ ਕਰਦੇ ਨੇ ਉਹ। ਮੈਨੂੰ ਲੱਗਦਾ ਵੀ ਜਿੰਨਾ ਚਿਰ ਉਹ ਰਹਿਣਗੇ ਅਤੇ ਉਨਾ ਚਿਰ ਅਸੀਂ ਇਹਨਾਂ ਦਾ ਸਾਥ ਨਹੀਂ ਛੱਡਦੇ, ਨਾ ਸਾਥੋਂ ਛੱਡਿਆ ਜਾਵੇ। ਅਤੇ ਸਾਨੂੰ ਦੇਵਮਾਨ ਜੀ ਇੱਕ ਪਰਿਵਾਰ ਦੀ ਤਰ੍ਹਾਂ ਨੇ ਅਤੇ ਜਿੱਥੇ ਮੈਂ ਉਹਨਾਂ ਨੂੰ ਮਿਲਦਾ ਤਾਂ ਮੈਨੂੰ ਉਹ ਦੂਰੋਂ ਹੀ ਕਿਤੇ ਵੀ ਖੜ੍ਹਾ ਹੋਵਾਂ ਤਾਂ ਮੈਨੂੰ ਬੜੀ ਇੱਜ਼ਤ ਮਾਣ ਦਿੰਦੇ ਨੇ, ਉਹ ਬੜੀ ਇੱਜ਼ਤ ਮਾਣ ਬਖਸ਼ਦੇ ਨੇ। ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਹੜੇ ਗੁਰਦੇਵ ਸਿੰਘ ਦੇਵਮਾਨ ਮੇਰੇ ਕੰਮ ਨੇ ਭਰਾਵਾਂ ਵਾਂਗੂ ਰੱਖਦੇ ਨੇ ਅਤੇ ਭਰਾਵਾਂ ਵਾਂਗੂ ਮੇਰੀ ਇੱਜ਼ਤ ਕਰਦੇ ਨੇ। ਅਤੇ ਸਰ ਕਿਸ ਅਹੁਦੇ 'ਤੇ ਕੰਮ ਕਰਦੇ ਹੋ ਤੁਸੀਂ ਅੱਜ? ਮੈਂ ਆਮ ਆਦਮੀ ਪਾਰਟੀ ਦੇ ਪਹਿਲਾਂ ਮੈਂ ਹੈਗਾ ਮੀਤ ਪ੍ਰਧਾਨ ਮਜੋਰਟੀ ਵਿੰਗਲਾ, ਅਤੇ ਹੁਣ ਮੈਂ ਆਮ ਵਰਕਰ ਹੀ ਹਾਂ, ਵਰਕਰ ਦੀ ਤਰ੍ਹਾਂ ਕੰਮ ਕਰਦਾ। ਮੈਂ ਜਿੱਥੇ ਉਹ ਸਾਨੂੰ ਕੋਈ ਆਰਡਰ ਕਰਦੇ ਆ ਜਾਂ ਸਾਨੂੰ ਬੁਲਾਉਂਦੇ ਆ ਅਸੀਂ ਉਹਨਾਂ ਤੋਂ ਪਹਿਲਾਂ ਹਾਜ਼ਰ ਹੋ ਜਾਂਦੇ ਹਾਂ, ਅਤੇ ਇਸ ਕਰਕੇ ਮੇਰੀ ਉਹ ਪਹਿਲਾਂ 'ਚ ਇੰਨੀ ਇੱਜ਼ਤ ਕਰਦੇ ਨੇ ਅਤੇ ਉਹਨਾਂ ਦਾ ਮੈਂ ਦੇ ਨਹੀਂ ਦੇ ਸਕਦਾ। ਧੰਨਵਾਦ।